ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਰਿਸ਼ਵਤਖੋਰੀ ਤੇ ਬੜੀਆਂ ਡੰਕੇ ਕੀਤੇ ਸੀਗੇ ਜੀ। ਰਿਸ਼ਵਤਖੋਰੀ ਬੰਦ, ਤਹਿਸੀਲਦਾਰ, ਮੁਨਸ਼ੀ, ਥਾਣੇਦਾਰ, ਰਜਿਸਟਰੀਆਂ ਟਾਈਮ 'ਤੇ ਹੋਣਗੀਆਂ, ਆਫਿਸ ਦੇ ਵਿੱਚ ਟਾਈਮ ਨਾਲ ਸਾਰੇ ਪਹੁੰਚਣਗੇ, ਛਾਪੇ ਵੱਜਣਗੇ, ਸਸਪੈਂਡ ਹੋਣਗੇ ਥੋੜ੍ਹੇ ਕੁ ਦਿਨ ਤਾਂ। ਉਹ ਨਵਾਂ ਨਵਾਂ ਜਦੋਂ ਥਾਣੇਦਾਰ ਆਉਂਦਾ ਨਾ ਅਤੇ ਬੜੇ ਸਖ਼ਤ, ਉਹ 10 ਨੰਬਰੀ ਜਿਹੜੇ ਵਿਚਾਰੇ ਦਿਹਾੜੀ ਕਰਦੇ ਹੁੰਦੇ ਉਹਨਾਂ ਨੂੰ ਵੀ ਸੱਦ ਲੈਂਦਾ ਵੀ ਆ ਗਿਆ ਮੈਂ, ਅਤੇ ਇੱਦਾਂ ਦਾ ਹੋਇਆ ਸੀਗਾ। ਪਰ ਹੁਣ ਰਿਸ਼ਵਤਖੋਰੀ ਦਾ ਫਿਰ ਕਹਿੰਦੇ ਬੋਲਬਾਲਾ, ਉਸੇ ਤਰ੍ਹਾਂ ਜਿਹੜੇ ਉੱਥੋਂ ਆਉਂਦੇ ਨੇ ਕਹਿੰਦੇ ਦੱਸੋ ਕਿਹੜਾ ਕੰਮ ਕਰਾਉਣਾ, ਕਿਵੇਂ ਕਰਾਉਣਾ। ਇੱਕ ਥਾਣੇਦਾਰ ਮਹਿਲਾ ਰਿਸ਼ਵਤ ਲੈਂਦੀ ਫੜੀ ਗਈ, ਫੋਟੋ ਫਾਟੋ ਵੀ ਛਾਇਆ ਹੋਈ ਹੈ, ਕਿੰਨੀ ਕੁ ਰਕਮ? ਦੇਖੋ, ਰਕਮ ਤੇ ਕੋਈ 10,000 ਰੁਪਇਆ, ਪਰ ਗੱਲ ਜਿਹੜੀ ਹੈ, ਜਿਹੜਾ ਤੁਸੀਂ ਆਹ ਸ਼ਬਦ ਇਸਤੇਮਾਲ ਕੀਤਾ ਮਹਿਲਾ, ਮੇਨ ਗੱਲ ਤਾਂ ਇਹਦੇ ਤੇ ਫੋਕਸ ਕਰਨ ਦੀ ਹੈ ਕਿ ਬਈ ਔਰਤ ਥਾਣੇਦਾਰ ਉਹ ਰਿਸ਼ਵਤ ਲੈ ਰਹੀ ਹੈ, ਰਿਸ਼ਵਤ ਲੈ ਕਦੀ ਰਹੀ ਹੈ, ਰਿਸ਼ਵਤ ਲੈ ਰਹੀ ਹੈ ਇੱਕ ਬਲਾਤਕਾਰ ਦੇ ਮੁਕੱਦਮੇ ਦੇ ਵਿੱਚ ਪੀੜਿਤ ਧਿਰ ਤੋਂ। ਮਤਲਬ ਕਿ ਇਹ ਕਿੱਡੀ ਗੈਰ ਸੰਜੀਦਗੀ ਵਾਲੀ ਗੱਲ ਆ ਕਿ ਇੱਕ ਔਰਤ ਦੇ ਸ਼ੋਸ਼ਣ ਦੇ ਮਾਮਲੇ 'ਚ ਔਰਤ ਧਿਰ ਤੋਂ ਪੈਸੇ ਲੈ ਰਹੀ ਆ ਔਰਤ ਹੋ ਕੇ। ਗੱਲ ਤੇ ਇਹ ਸੋਚਣ ਵਾਲੀ ਆ, ਗੱਲ ਇਹ ਸੋਚਣ ਵਾਲੀ ਆ ਕਿ ਕੱਲ ਹੀ ਇੱਕ ਹੋਰ ਜਿਹੜੀ ਆ ਬੀਬੀ ਜੀਰਕਪੁਰ ਚ, ਉਹ ਫੜੀ ਜਾਂਦੀ ਹੈ ਕਲਰਕ, ਇੱਕ ਹੋਰ ਇਸ ਤਰ੍ਹਾਂ ਦੀ ਹੀ ਔਰਤ ਜਿਹੜੀ ਹੈ ਉਹ ਫੜੀ ਜਾਂਦੀ ਹੈ ਤਬਲੇਬਾਜ਼ੀ ਚ। ਮਤਲਬ ਕਿ ਬੀਬੀਆਂ ਵੀ ਜਿਹੜੀਆਂ ਨੇ ਉਹ ਹੁਣ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ ਰਹਿ ਰਹੀਆਂ। ਅਸੀਂ ਕਹਿੰਦੇ ਹਾਂ ਕਿ ਇੱਕ ਉਮੀਦ ਰੱਖਦੇ ਹਾਂ ਕਿ ਜਿਸ ਕੰਮ 'ਚ ਘੱਟੋ ਘੱਟ 50% ਪਾਰਟੀਸਪੇਸ਼ਨ ਬੀਬੀਆਂ ਦਾ ਹੋ ਜਾਂਦਾ, ਤਾਂ ਉੱਥੇ ਕੰਮ ਕਰਨ ਦੀ ਜਿਹੜੀ ਰਫਤਾਰ ਹੈ ਜਾਂ ਕੰਮ ਕਰਨ ਦਾ ਤੌਰ ਤਰੀਕਾ ਉਹ ਠੀਕ ਹੋ ਜਾਏਗਾ, ਰਿਸ਼ਵਤ ਵੀ ਘਟੇਗੀ। ਪਰ ਇੱਥੇ ਪੰਜਾਬ ਦੇ ਵਿੱਚ ਉਲਟਿਆ ਸਭ ਕੁਛ, ਤਾਂ ਇਹ ਮਾਰ ਖੋ ਰਹੀ ਹੈ, ਕਿਉਂਕਿ ਹੁਣ ਬੀਬੀਆਂ ਬਹੁਤ ਸਾਰੀਆਂ ਸਬ ਇੰਸਪੈਕਟਰ ਭਰਤੀਆਂ ਹੋਈਆਂ, ਇੰਸਪੈਕਟਰ ਬਣ ਜਾਂਦੀਆਂ ਨੇ। ਉਹ ਗੱਲ ਇਹ ਹੈ ਕਿ ਉਹਨਾਂ ਨੇ ਵੀ ਵਾਟਾ ਉੱਡਾ ਹੀ ਰੱਖ ਲਿਆ, ਇਹ ਸੋਚਣ ਵਾਲੀ ਗੱਲ ਆ। ਗੱਲ ਰਿਸ਼ਵਤਖੋਰੀ ਤੇ ਹੈ, ਰਿਸ਼ਵਤਖੋਰੀ ਹੈਗੀ ਆ, ਉਹਦੇ ਚ ਕੋਈ ਸ਼ੱਕ ਨੀ, ਕੋਈ ਦੋ ਰਾਇ ਨੀ ਆ। ਰਿਸ਼ਵਤ ਚੱਲੀ ਜਾਂਦੀ ਆ, ਇਹਨਾਂ ਦਾ ਸਿਆਸਤਦਾਨਾਂ ਦਾ ਆਪਣਾ ਕੰਮ ਕਰ ਚੱਲੀ ਜਾਂਦਾ, ਇਹਨਾਂ ਤੇ ਕਹੀ ਜਾਣਾ ਜਿਹੜਾ ਕੁਛ ਕਹਿੰਦੇ ਆ। ਪਰ ਮਸਲਾ ਤੇ ਇਹ ਹੈ ਕਿ ਇੱਕ ਔਰਤ ਦੀ ਪੀੜ ਨੀ ਸਮਝ ਰਹੀ, ਔਰ ਇੱਕ ਔਰਤ ਜਿਹਦੇ ਤੇ ਸਮਾਜ ਨੂੰ ਬੜੀ ਆਸ ਹੁੰਦੀ ਆ, ਉਮੀਦ ਹੁੰਦੀ ਹੈ ਕਿ ਉਹਦੇ ਮਤਲਬ ਕਿ ਹਿੱਸੇਦਾਰੀ ਦੇ ਨਾਲ ਸਾਰਾ ਕੁਛ ਠੀਕ ਹੋ ਜਾਏਗਾ, ਉਹ ਉੱਥੇ ਆ ਕੇ ਇਸ ਤਰ੍ਹਾਂ ਦੇ ਸਿਸਟਮ ਦੇ ਵਿੱਚ ਉਹ ਵੀ ਆਪਣੇ ਆਪ ਨੂੰ ਨਹੀਂ ਬਚਾ ਪਾ ਰਹੀ ਭ੍ਰਿਸ਼ਟ ਹੋਣ ਤੋਂ, ਤਾਂ ਕਿਤੇ ਨਾ ਕਿਤੇ ਥੋੜੀ ਸਾਡੇ ਵਾਸਤੇ ਸਮਾਜਿਕ ਪੱਖ ਤੋਂ ਸੋਚਣ ਵਿਚਾਰਨ ਦਾ ਵਿਸ਼ਾ ਹੈ। ਬਹੁਤ ਬਹੁਤ ਮਿਹਰਬਾਨੀ ਮਿੰਟੂ ਜੀ, ਧੰਨਵਾਦ, ਕੱਲ ਮਿਲਦੇ ਹਾਂ ਜੀ, ਰੱਬ ਰਾਖਾ, ਸਤਿ ਸ਼੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।